ਦੇਖੋ, ਜੋ ਸਾਡੇ ਪਾਸੇ ਦੀ ਜ਼ਿੰਮੇਵਾਰੀ ਸੀ, ਪਹਿਲੇ ਦਿਨ ਤੋਂ ਅਸੀਂ ਕਿਹਾ ਸੀਗਾ ਕਿ ਅਸੀਂ 15 ਅਕਤੂਬਰ ਤੋਂ ਲੈ ਕੇ 31 ਅਕਤੂਬਰ ਦੇ ਵਿੱਚ ਅਸੀਂ ਆਪਣੇ ਕੰਮ ਨੂੰ ਮੁਕੰਮਲ ਕਰਾਂਗੇ। ਔਰ ਅੱਜ ਮੈਨੂੰ ਇਹ ਗੱਲ ਦੱਸਦੇ ਹੋਏ ਖੁਸ਼ੀ ਵੀ ਹੈ ਸੰਗਤ ਨੂੰ, ਕਿਉਂਕਿ ਬਹੁਤ ਸਾਰੀ ਸੰਗਤ ਦੀਆਂ ਭਾਵਨਾਵਾਂ, ਬਹੁਤ ਸਾਰੇ ਸੰਗਤ ਦਾ ਦਿਲ, ਭਾਵੇਂ ਉਹ ਕਿਤੇ ਵੀ ਬੈਠੇ ਹੋ, ਕਰਤਾਰਪੁਰ ਸਾਹਿਬ ਦੇ ਵਿੱਚ ਫਸਿਆ ਹੈ, ਔਰ ਸਾਰੇ ਉਡੀਕ ਰਹੇ ਹਾਂ ਕਿ ਇਹ ਲਾਂਘਾ ਖੁੱਲ੍ਹੇ ਅਤੇ ਅਸੀਂ ਦਰਸ਼ਨ ਦੀਦਾਰ ਕਰਨ ਵਾਸਤੇ ਜਾ ਸਕੀਏ। ਅਤੇ ਅੱਜ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਵੀ ਹੈ ਕਿ ਹਿੰਦੁਸਤਾਨ ਦੇ ਪਾਸੇ ਜੋ ਕੰਮ ਦੀਆਂ ਟਾਈਮਲਾਈਨ ਸੀਗੀਆਂ, ਉਹ ਸਾਰੇ ਵੱਖ ਵੱਖ ਸੰਸਥਾਵਾਂ ਦੀਆਂ ਜੋ ਜ਼ਿੰਮੇਵਾਰੀਆਂ ਸੀ, ਉਹ ਆਪਣਾ ਕੰਮ ਵਕਤ ਸਿਰ ਮੁਕੰਮਲ ਕਰਨਗੀਆਂ। ਜਿੱਥੇ ਤੱਕ ਪੁੱਲ ਦੀ ਗੱਲ ਸੀ, ਹਿੰਦੁਸਤਾਨ ਵਾਲੇ ਪਾਸੇ ਪੁੱਲ ਵੀ ਪੂਰਾ ਹੋ ਗਿਆ, ਪਰ ਲੇਕਿਨ ਕਿਉਂਕਿ ਪਾਕਿਸਤਾਨ ਵਾਲੇ ਪਾਸੇ ਵਾਲੇ ਪੁੱਲ ਨਹੀਂ ਬਣਿਆ, ਤਾਂ ਅਸੀਂ ਮੀਨ ਟਾਈਮ ਹਿੰਦੁਸਤਾਨ ਵਾਲੇ ਪਾਸੇ ਉਸ ਪੁੱਲ ਨੂੰ ਬੰਦ ਕਰਕੇ ਰੱਖਾਂਗੇ, ਅਤੇ ਸਾਈਡ ਤੋਂ ਅਸੀਂ ਇੱਕ ਆਲਟਰਨੇਟ ਰੂਟ ਬਣਾਇਆ, ਔਰ ਉਸੇ ਆਲਟਰਨੇਟ ਰੂਟ ਦੇ ਨਾਲ ਪਾਕਿਸਤਾਨ ਨੇ ਆਪਣਾ ਰੂਟ ਜੋੜਿਆ, ਜਿਹੜਾ ਕਿ ਯਾਤਰੀਆਂ ਨੂੰ ਦਰਸ਼ਨਾਂ ਵਾਸਤੇ ਜਾਣ ਵਾਸਤੇ ਵਰਤਿਆ ਜਾਊਗਾ, ਜਿੰਨੀ ਦੇਰ ਤੱਕ ਪਾਕਿਸਤਾਨ ਵਾਲੇ ਪਾਸੇ ਪੁੱਲ ਦੀ ਉਸਾਰੀ ਨਹੀਂ ਮੁਕੰਮਲ ਹੁੰਦੀ। ਔਰ ਇਸ ਤੋਂ ਇਲਾਵਾ ਬਹੁਤ ਸਾਰੇ ਲੋਕਾਂ ਨੇ ਅਰਦਾਸਾਂ ਕੀਤੀਆਂ, 13 ਕਰੋੜ ਲੋਕਾਂ ਨੇ, ਨਾਨਕ ਨਾਮਲੇਵਾ ਸੰਗਤ ਨੇ ਇਹ ਦਰਸ਼ਨਾਂ ਵਾਸਤੇ ਅਰਦਾਸ ਕੀਤੀ, ਅਤੇ ਅੱਜ ਇਹ ਲਾਂਘਾ ਖੁੱਲ੍ਹਣ ਜਾ ਰਿਹਾ ਹੈ। ਸਾਨੂੰ ਇਸ ਦੇ ਵਿੱਚ ਸੇਵਾ ਕਰਨ ਦਾ ਮੌਕਾ ਮਿਲਿਆ, ਸਾਨੂੰ ਵੀ ਇਸ ਗੱਲ ਦੀ ਬੜੀ ਖੁਸ਼ੀ ਹੈ, ਔਰ ਅਸੀਂ ਇਸ ਕੰਮ ਨੂੰ ਵੀ ਬੜੇ ਜ਼ੀਲ ਨਾਲ ਕੀਤਾ, ਔਰ ਅੱਜ 70 ਸਾਲ ਬਾਅਦ ਇਹ ਲੋਕਾਂ ਦੀ ਅਰਦਾਸ ਪੂਰੀ ਹੋਈ ਹੈ। ਸਾਡੇ ਮਨ ਦੇ ਵਿੱਚ ਸਿਰਫ ਇਹੀ ਗੱਲ ਹੈ ਕਿ ਸਾਰੇ ਯਾਤਰੀ ਜਿਹੜੇ ਉਰੇ ਆਉਣ, ਸੰਗਤ ਜਿਹੜੀ ਦਰਸ਼ਨ ਕਰਨ ਵਾਸਤੇ ਆਵੇ, ਉਹਨਾਂ ਨੂੰ ਕੋਈ ਤਕਲੀਫ ਨਾ ਆਵੇ, ਉਹਨਾਂ ਦੀਆਂ ਸਹੂਲਤਾਂ ਵਾਸਤੇ ਅਸੀਂ ਸਾਰੇ ਇਕੱਠੇ ਹੋ ਕੇ ਕੰਮ ਕਰ ਰਹੇ ਹਾਂ। ਔਰ 31 ਅਕਤੂਬਰ ਤੋਂ ਬਾਅਦ ਕੋਈ ਵੀ ਕੰਮ ਅਧੂਰਾ ਨਹੀਂ ਹੋਊਗਾ ਹਿੰਦੁਸਤਾਨ ਵਾਲੇ ਪਾਸੇ, ਤਾਂ ਕਿ ਜਿੱਦਣ ਵੀ ਕਰਤਾਰਪੁਰ ਸਾਹਿਬ ਦਾ ਲਾਂਘਾ ਪਾਕਿਸਤਾਨ ਦੀ ਸਰਕਾਰ ਅਤੇ ਹਿੰਦੁਸਤਾਨ ਦੀ ਸਰਕਾਰ ਮਿਲ ਕੇ ਫੈਸਲਾ ਕਰਨਗੇ, ਜਿਹੜੀ ਵੀ ਤਰੀਕ ਦੇ ਉੱਪਰ, ਉਸ ਦਿਨ ਲੋਕ ਦਰਸ਼ਨਾਂ ਵਾਸਤੇ ਜਾ ਸਕਣ। ਸਰ, ਇੱਕ $20 ਦੀ ਜਿਹੜੀ ਫੀਸ ਉਹਦੇ ਵੱਲੋਂ ਲਗਾਈ ਗਈ ਹੈ, ਦੂਸਰਾ ਪਾਸਪੋਰਟ ਦਾ ਕਿਹਾ ਗਿਆ, ਅਤੇ ਹੁਣ ਉਸ ਫੀਸ ਨੂੰ ਵਧਾਉਣ ਦੀ ਗੱਲ ਕੀਤੀ ਜਾ ਰਹੀ ਹੈ, ਤੁਹਾਨੂੰ ਕੀ ਲੱਗਦਾ ਕਿ ਜਿਹੜੇ ਗਰੀਬ ਵਰਗ ਹੈਗਾ ਉਹ ਇਹਨਾਂ ਸ਼ਰਤਾਂ ਨੂੰ ਪੂਰਾ ਕਰ ਸਕੇਗਾ? ਦੇਖੋ, ਇਹ ਮਾਨਯੋਗ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ ਨੇ ਪਹਿਲੇ ਦਿਨ ਹੀ ਇਸ ਗੱਲ ਦੀ ਗੱਲ ਨੂੰ ਪ੍ਰਧਾਨ ਮੰਤਰੀ ਜੀ ਕੋਲ ਰੱਖਿਆ ਸੀ ਕਿ ਉਹ ਪਾਕਿਸਤਾਨ ਦੀ ਸਰਕਾਰ ਨਾਲ ਗੱਲ ਕਰਨ ਕਿ ਪਾਸਪੋਰਟ ਨੂੰ ਅਸੀਂ ਮੈਂਡੇਟਰੀ ਨਾ ਕਰੀਏ, ਕਿਉਂਕਿ ਜਦੋਂ ਅਸੀਂ ਪਾਕਿਸਤਾਨ ਦੀ ਗੱਲ ਕਰਦੇ ਹਾਂ ਤਾਂ ਇਹ ਗ੍ਰਹਿ ਵਿਭਾਗ ਦੇ ਥੱਲੇ ਵੀ ਆਉਂਦਾ ਅਤੇ ਨਾਲ ਦੀ ਨਾਲ ਵਿਦੇਸ਼ ਮੰਤਰਾਲੇ ਦੇ ਥੱਲੇ ਵੀ ਆਉਂਦਾ, ਲੇਕਿਨ ਪਾਕਿਸਤਾਨ ਦੀ ਸਰਕਾਰ ਜਾਂ ਇੰਟਰਨੈਸ਼ਨਲ ਰਿਲੇਸ਼ਨਸ ਦੇ ਵਿੱਚ ਇਸ ਗੱਲ ਨੂੰ ਨਹੀਂ ਮੰਨਿਆ ਗਿਆ ਕਿ ਬਿਨਾਂ ਪਾਸਪੋਰਟ ਤੋਂ ਅਸੀਂ ਕਿਸੇ ਨੂੰ ਅਲਾਓ ਕਰੀਏ ਉੱਧਰ ਜਾਣ ਵਾਸਤੇ। ਤਾਂ ਇਸ ਕਰਕੇ ਅੱਜ, ਕਿਉਂਕਿ ਗਰੀਬ ਆਦਮੀ ਵਾਸਤੇ ਤਾਂ 1500 ਰੁਪਏ ਦੀ ਫੀਸ ਵੀ ਬਹੁਤ ਜ਼ਿਆਦਾ ਹੈ, ਜਿਹੜੀ 1500 ਰੁਪਏ ਫੀਸ ਨੋਰਮਲ ਪਾਸਪੋਰਟ ਬਣਾਉਣ ਦੀ ਹੈ, ਅਤੇ ਜਿਹੜੇ ਲੋਕਾਂ ਨੇ ਜਲਦੀ ਪਾਸਪੋਰਟ ਬਣਾਉਣਾ ਹੋਊਗਾ ਉਹਦੇ ਵਾਸਤੇ 2500 ਰੁਪਏ ਲੱਗੂ, ਤਾਂ 2500 ਰੁਪਏ ਦੀ ਫੀਸ ਵੀ ਬਹੁਤ ਜ਼ਿਆਦਾ ਹੈ। ਪਰ ਲੇਕਿਨ ਹੁਣ ਉਸ ਗੱਲ ਦੇ ਉੱਪਰ ਤਾਂ ਛੋਟ ਨਹੀਂ ਮਿਲੀ, ਲੇਕਿਨ ਹੁਣ ਜਿਹੜੀ ਪਾਕਿਸਤਾਨ ਦੀ ਸਰਕਾਰ ਨੇ ਪਹਿਲਾਂ $20 ਕਿਹਾ ਸੀ, ਅਤੇ ਅੱਜ ਗੱਲ ਹੋ ਰਹੀ ਹੈ ਕਿ ਸ਼ਾਇਦ ਵੱਧ ਲਾਉਣਾ ਚਾਹੁੰਦੇ ਹੈ, ਇਸ ਗੱਲ ਨੂੰ ਵੀ ਮੁੱਖ ਮੰਤਰੀ ਸਾਹਿਬ ਨੇ ਪ੍ਰਧਾਨ ਮੰਤਰੀ ਜੀ ਕੋਲ ਰੱਖਿਆ ਕਿ ਉਹ ਪਾਕਿਸਤਾਨ ਦੀ ਸਰਕਾਰ ਨੂੰ ਕਹਿਣ ਕਿ ਕਦੇ ਵੀ ਇਸ ਤਰ੍ਹਾਂ ਨਹੀਂ ਹੁੰਦਾ ਕਿ ਜੇ ਅਸੀਂ ਦਰਸ਼ਨ ਲਈ ਜਾਂਦੇ ਹਾਂ ਤਾਂ ਸਾਡੇ ਤੋਂ ਸਾਡੇ ਕਿਸੇ ਸਾਥੀ ਨੂੰ ਪੈਸੇ ਦੇਣੇ ਪੈਣ। ਤਾਂ ਵੈਸੇ ਵੀ ਬਹੁਤ ਸਾਰੇ ਗਰੀਬ ਜਨਤਾ ਇੰਨੇ ਪੈਸੇ ਨਹੀਂ ਦੇ ਪਾਊਗੀ, ਤਾਂ ਇਸ ਕਰਕੇ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਹਿੰਦੁਸਤਾਨ ਦੀ ਸਰਕਾਰ ਇਸ ਗੱਲ ਨੂੰ ਜ਼ੋਰਦਾਰ ਤਰੀਕੇ ਨਾਲ ਪਾਕਿਸਤਾਨ ਦੀ ਸਰਕਾਰ ਨਾਲ ਇਸ ਮੁੱਦੇ ਨੂੰ ਲੈ ਰਹੀ ਹੈ, ਔਰ ਜ਼ਰੂਰ ਪਾਕਿਸਤਾਨ ਦੀ ਸਰਕਾਰ ਇਸ ਗੱਲ ਦੇ ਉੱਪਰ ਆਪਣੀ ਸਹਿਮਤੀ ਦੇਊਗੀ, ਕਿਉਂਕਿ ਉਹਨਾਂ ਦੀ ਸਹਿਮਤੀ ਤੋਂ ਬਿਨਾਂ ਤਾਂ ਨਾ ਤਾਂ ਦਰਸ਼ਨ ਹੋ ਸਕਦੇ ਅਤੇ ਨਾ ਉਹਨਾਂ ਦੀ ਸਹਿਮਤੀ ਤੋਂ ਬਿਨਾਂ ਇਹ ਡਾਲਰਾਂ ਦਾ ਟੈਕਸ ਹਟਾਇਆ ਜਾ ਸਕਦਾ। ਤਾਂ ਇਸ ਗੱਲ ਕਰਕੇ ਹਿੰਦੁਸਤਾਨ ਵੱਲੋਂ ਤਾਂ ਹਿੰਦੁਸਤਾਨ ਦੀ ਸਰਕਾਰ ਗੱਲ ਕਰ ਸਕਦੀ ਹੈ, ਬੇਨਤੀ ਕਰ ਸਕਦੀ ਹੈ, ਹੱਥ ਜੋੜ ਸਕਦੀ ਹੈ, ਔਰ ਉਹ ਮੈਨੂੰ ਲੱਗਦਾ ਕਿ ਜ਼ਰੂਰ ਪ੍ਰਧਾਨ ਮੰਤਰੀ ਜੀ ਔਰ ਸਾਡੀ ਦੇਸ਼ ਦੀ ਸਰਕਾਰ ਕਰ ਰਹੀ ਹੋਊਗੀ।